ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਅਸੀਂ ਇਹ ਸਰਕਾਰ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਮੁਸਲਮਾਨਾਂ ਨਾਲ ਹੀ ਕਿਉਂ ਵਿਤਕਰਾ ਕਰ ਰਹੇ ਹਾਂ। ਨਰਿੰਦਰ ਮੋਦੀ ਜੀ ਕਹਿਣ ਡਏ ਆ, ਨਰਿੰਦਰ ਮੋਦੀ ਜੀ ਇਹ ਕਹਿਣ ਡਏ ਆ ਕਿ NRC ਦੇ ਉੱਪਰ ਕੋਈ ਗੱਲਬਾਤ ਹੀ ਨਹੀਂ ਹੋਈ ਤੇ ਅਮਿਤ ਸ਼ਾਹ ਜੀ ਲਾਗੂ ਕਰ ਰਹੇ ਆ। ਇਹ ਦੇਸ਼ ਵਿੱਚ ਜ਼ਿਆਦਾ ਉੱਪਰ ਸੈਂਟਰ ਸਰਕਾਰ ਆਈ ਆ, ਦੇਸ਼ ਦੇ ਲੋਕਾਂ ਦਾ ਅਮਨ ਚੈਨ ਸਕੂਨ ਖਤਮ ਹੋ ਗਿਆ। ਅੱਜ ਤੱਕ 70 ਸਾਲ ਹੋ ਗਿਆ, ਕਿਸੇ ਸਰਕਾਰ ਨੇ ਸਤੇਲਾ ਵਿਵਹਾਰ ਨਹੀਂ ਕੀਤਾ। ਤੌਰ ਸੇ ਜੋ ਸੋ ਇਸਕੀ ਲੜਾਈ ਲੜੇਂਗੇ, ਇਹ ਸੰਵਿਧਾਨ ਕੇ ਖਿਲਾਫ ਜਬ ਤੱਕ NRC ਵਾਪਸ ਨਹੀਂ ਹੋਗਾ। ਮੋਦੀ ਗੌਰਮੈਂਟ ਨੇ CAA ਪਾਸ ਕੀਤਾ, ਇਹ ਪੂਰਾ ਟੋਟਲੀ ਧਰਮ ਦੇ ਬੇਸ 'ਤੇ ਹੈ, ਜਿਹੜਾ ਕਿ ਸੰਵਿਧਾਨ ਦੀ ਮੂਲ ਧਾਰਨਾ ਦੇ ਅਗੇਂਸਟ ਹੈ। ਅਤੇ ਮੈਂ ਇਹ ਮੋਦੀ ਨੂੰ ਅਤੇ ਅਮਿਤ ਸ਼ਾਹ ਜੀ ਨੂੰ ਇਹ ਦੱਸਣਾ ਚਾਹੁੰਦਾ ਕਿ ਜਦੋਂ ਤੱਕ ਇਹ ਐਕਟ ਵਾਪਸ ਨਹੀਂ ਹੋਏਗਾ, ਅਸੀਂ ਇਸੇ ਤਰੀਕੇ ਨਾਲ ਕੰਟੀਨਿਊ ਮੁਜ਼ਾਹਰੇ ਕਰਦੇ ਰਹਾਂਗੇ। TV ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਰਵੀ ਜੇ। ਅੱਜ ਅਸੀਂ ਪਹੁੰਚੇ ਹਾਂ ਜਲੰਧਰ ਦੇ ਮਸਜਿਦ ਦੇ ਵਿੱਚ, ਜਿੱਥੇ ਕਿ CAA ਅਤੇ NRC ਐਕਟ ਦਾ ਕਰਕੇ ਕਾਫੀ ਰੋਸ਼ ਪਾਇਆ ਜਾ ਰਿਹਾ। ਤੁਸੀਂ ਦੇਖ ਸਕਦੇ ਹੋ ਮਸਜਿਦ ਦੇ ਵਿੱਚ ਇਸ ਟਾਈਮ SP ਬਲਕਾਰ ਸਿੰਘ, DC ਸਾਹਿਬ, ADC ਸਾਹਿਬ ਵੀ ਇੱਥੇ ਪਹੁੰਚ ਚੁੱਕੇ ਨੇ। ਕਾਫੀ ਮੁਸਲਿਮ ਭਾਈਚਾਰਾ ਇੱਥੇ ਪਹੁੰਚ ਚੁੱਕਾ ਹੈ। ਤੁਸੀਂ ਦੇਖ ਸਕਦੇ ਹੋ ਇਸ ਐਕਟ ਦਾ ਕਰਕੇ ਪੂਰੇ ਭਾਰਤ ਦੇ ਵਿੱਚ ਵੱਖ ਵੱਖ ਸਟੇਟਾਂ ਦੇ ਵਿੱਚ ਵੀ ਇਸ ਐਕਟ ਨੂੰ ਲੈ ਕੇ ਕਾਫੀ ਪ੍ਰਦਰਸ਼ਨ ਕੀਤੇ ਜਾ ਰਹੇ ਆ। ਇੱਥੇ ਇਹ ਮੁਸਲਿਮ ਭਾਈਚਾਰਾ, ਸਿੱਖ ਭਾਈਚਾਰਾ, ਹੋਰ ਵੀ ਕਾਫੀ ਜਥੇਬੰਦੀਆਂ ਨੇ ਆਣ ਕੇ ਇਸ ਐਕਟ ਦੇ ਵਿਰੋਧ ਦੇ ਵਿੱਚ, ਇਸ ਪ੍ਰੋਟੈਸਟ ਦੇ ਵਿੱਚ ਹਿੱਸਾ ਲਿਆ। ਆਓ ਗੱਲਬਾਤ ਕਰਦੇ ਹਾਂ ਇਹਨਾਂ ਦੇ ਪ੍ਰਧਾਨ ਦੇ ਨਾਲ। ਆਓ ਅਸੀਂ ਗੱਲਬਾਤ ਕਰਦੇ ਹਾਂ ਯੂਥ ਹਮ ਜੀ ਨਾਲ, ਜੋ ਅਕਾਲੀ ਦਲ ਦੇ ਯੂਥ ਦੇ ਪ੍ਰਧਾਨ ਨੇ। ਇਸ ਐਕਟ ਨੂੰ ਲੈ ਕੇ ਕੀ ਵਿਰੋਧ, ਕਿਸ ਚੀਜ਼ ਦਾ ਡਰ ਹੈਗਾ ਇਸ ਐਕਟ ਨੂੰ ਲੈ ਕੇ? ਇਸ ਚੀਜ਼ ਵਿੱਚ ਜਿਹੜਾ ਵਿਰੋਧ ਹੋ ਗਿਆ NRC 'ਤੇ ਦਾ ਵਿਰੋਧ ਹੋ ਰਿਹਾ ਆ, ਉਹ ਇਹ ਹੋ ਰਿਹਾ ਕਿ ਪੂਰੇ ਦੇਸ਼ ਦੇ ਵਿੱਚ ਕਿ ਜਿਹੜੇ ਵੀ ਬੰਗਲਾਦੇਸ਼ ਤੋਂ, ਪਾਕਿਸਤਾਨ ਤੋਂ ਲੋਕ ਆਏ ਆ, ਕਿ ਉਹਨਾਂ ਸਾਰਿਆਂ ਨੂੰ ਜਿਹੜੇ ਬਾਕੀ ਧਰਮ ਦੇ ਲੋਕ ਆ, ਸਾਰਿਆਂ ਨੂੰ ਜਿਹੜੀ ਕੀ ਹੈ ਨਾਗਰਿਕਤਾ ਦਿੱਤੀ ਜਾਊਗੀ, ਉਹਦੇ ਵਿੱਚ ਸਿਰਫ ਮੁਸਲਮਾਨ ਨੂੰ ਨਾਗਰਿਕਤਾ ਨਹੀਂ ਦਿੱਤੀ ਜਾਊਗੀ। ਇਹ ਵਿਰੋਧ ਆ, ਅਸੀਂ ਇਹ ਸਰਕਾਰ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਮੁਸਲਮਾਨਾਂ ਨਾਲ ਹੀ ਕਿਉਂ ਵਿਤਕਰਾ ਕਰ ਰਹੇ ਹਾਂ? ਸਿੱਖ ਭਾਈਚਾਰਾ ਵੀ ਸਾਡਾ ਭਾਈਚਾਰਾ, ਹਿੰਦੂ ਭਾਈਚਾਰਾ ਸਾਡਾ ਹੀ ਆ, ਜਿੱਥੇ ਉਹਨਾਂ ਨੂੰ ਨਾਗਰਿਕਤਾ ਦਿੱਤੀ ਜਾ ਰਹੀ ਆ, ਉੱਥੇ ਮੁਸਲਮਾਨ ਭਾਈਚਾਰੇ ਨੂੰ ਵੀ ਨਾਗਰਿਕਤਾ ਦੇ ਦਿਓ, ਕੋਈ ਗੱਲ ਹੀ ਨਹੀਂ ਹੈਗੀ। ਇਹ ਕਿਉਂ ਵਿਤਕਰਾ ਕੀਤਾ ਜਾਂਦਾ ਹੈ, ਕਿਉਂ ਦੇਸ਼ ਨੂੰ ਵੰਡਣ ਦੀ ਕਿਉਂ ਗੱਲ ਕਰ ਰਹੇ ਆ? ਜੇ ਅਮਿਤ ਸ਼ਾਹ ਜੀ ਵੱਲੋਂ ਬਿਆਨ ਕੁਛ ਹੋਰ ਦਿੱਤੇ ਜਾ ਰਹੇ ਆ, ਕਿਉਂਕਿ ਉਹਨਾਂ ਦਾ ਕਹਿਣਾ NRC ਐਕਟ ਲਾਗੂ ਕੀਤਾ ਜਾਏਗਾ, ਉਹਦੇ ਬਾਅਦ ਹੀ 2 ਦਿਨਾਂ ਬਾਅਦ ਪ੍ਰਧਾਨ ਮੰਤਰੀ ਵੱਲੋਂ ਇੱਕ ਬਿਆਨ ਦਿੱਤਾ ਗਿਆ, ਕਹਿੰਦੇ NRC ਬਾਰੇ ਗੱਲ ਹੀ ਨਹੀਂ ਹੋਈ, ਇਹਦੇ ਬਾਰੇ ਕੀ ਕਹਿਣਾ? ਦੇਖੋ ਜੀ, ਇਹ ਮੈਂ ਵੀ ਮੀਡੀਆ ਰਾਹੀਂ ਦੇਖਿਆ, ਤੁਹਾਡੇ ਹੀ ਥਰੂ ਦੇਖਿਆ ਕਿ 6-7 ਬਿਆਨ ਜਿਹੜੇ ਕਿ ਅਮਿਤ ਸ਼ਾਹ ਦੇ ਆ, ਉਹ ਵਾਰ ਵਾਰ ਬਦਲੇ ਜਾ ਰਹੇ ਆ। ਉਹ ਆਪ ਕਨਫਿਊਜ਼ ਆ, ਇੱਕ ਬਿਆਨ ਦੇ ਰਹਿੰਦੇ ਆ, ਦੂਜੇ ਬਿਆਨ ਵਿੱਚ ਉਹ ਕਨਫਿਊਜ਼ ਹੋ ਜਾਂਦੇ ਆ। ਨਰਿੰਦਰ ਮੋਦੀ ਜੀ ਕਹਿਣ ਡਏ ਆ, ਨਰਿੰਦਰ ਮੋਦੀ ਜੀ ਇਹ ਕਹਿਣ ਡਏ ਆ ਕਿ NRC ਦੇ ਉੱਪਰ ਕੋਈ ਗੱਲਬਾਤ ਹੀ ਨਹੀਂ ਹੋਈ ਅਤੇ ਅਮਿਤ ਸ਼ਾਹ ਜੀ ਲਾਗੂ ਕਰ ਰਹੇ ਆ। ਇਹ ਉਹਨਾਂ ਦੀ ਦੋਗਲੀ ਨੀਤੀ ਆ, ਉਹਨਾਂ ਨੂੰ ਇਹਦਾ ਤਾਂ ਪਰਹੇਜ਼ ਹੋਣਾ ਚਾਹੀਦਾ, ਵਾਪਸ ਲੈਣਾ ਚਾਹੀਦਾ ਆ। ਇਹ ਦੇਸ਼ ਵਿੱਚ ਜ਼ਿਆਦਾ ਉੱਪਰ ਸੈਂਟਰ ਸਰਕਾਰ ਆਈ ਆ, ਦੇਸ਼ ਦੇ ਲੋਕਾਂ ਦਾ ਅਮਨ ਚੈਨ ਸਕੂਨ ਖਤਮ ਹੋ ਗਿਆ। ਚਾਹੀਦਾ ਇਹ ਸੀਗਾ ਕਿ ਦੇਸ਼ ਤਰੱਕੀ ਕਰਦਾ, ਦੇਸ਼ ਤਰੱਕੀ ਵੱਲ ਜਾਂਦਾ, ਨੌਕਰੀਆਂ ਲੋਕਾਂ ਨੂੰ ਮਿਲਦੀਆਂ, ਬੇਰੁਜ਼ਗਾਰੀ ਖਤਮ ਹੁੰਦੀ, ਦੇਸ਼ ਦਾ ਨਾਮ ਹੁੰਦਾ। ਇਹ ਉਲਟਾ ਕੰਮ ਹੋ ਗਿਆ। ਇਹ ਉਹਨਾਂ ਨੇ, ਸੈਂਟਰ ਸਰਕਾਰ ਨੇ, ਮੋਦੀ ਅਤੇ ਅਮਿਤ ਸ਼ਾਹ ਨੇ ਲੋਕਾਂ ਨੂੰ ਕੀ ਆਪਸ ਵਿੱਚ ਵੰਡ ਦਿੱਤਾ ਆ, ਆਪਸ ਵਿੱਚ ਲੋਕ ਨਫ਼ਰਤ ਦੀ ਨਿਗਾਹ ਨਾਲ ਦੇਖ ਰਹੇ ਆ। ਜਿੱਥੇ ਪਿਆਰ ਮੁਹੱਬਤ ਸੀਗਾ, ਉੱਥੇ ਅੱਜ ਕੱਲ੍ਹ ਤਾਂ ਆਪਣੇ ਲੋਕ ਆ, ਹਿੰਦੂ ਮੁਸਲਿਮ ਸਿੱਖ ਚਾਰਾ ਜਿਹੜਾ ਪਿਆਰ ਦੇ ਨਾਲ ਰਹਿੰਦਾ ਸੀ, ਉਹ ਅੱਜ ਕੱਲ੍ਹ ਇੱਕ ਨਫ਼ਰਤ ਦੀ ਨਿਗਾਹ ਨਾਲ ਇੱਕ ਦੂਜੇ ਨੂੰ ਦੇਖ ਰਹੇ ਆ। ਇਹ ਬਹੁਤ ਜਾਣੀ ਕਿ ਸਾਡੇ ਦੇਸ਼ ਵਾਸਤੇ ਨੁਕਸਾਨ ਆ। ਆਉਣ ਵਾਲੇ ਸਮੇਂ ਵਿੱਚ ਅਗਰ ਇੱਦਾਂ ਹੀ ਚੱਲਦਾ ਰਿਹਾ ਤਾਂ ਦੇਸ਼ ਤੋਂ ਬਹੁਤ ਜ਼ਿਆਦਾ ਨੁਕਸਾਨ ਹੋਵੇਗਾ। ਕੈਪਟਨ ਸਾਹਿਬ ਵੱਲੋਂ ਕਹਿ ਦਿੱਤਾ ਗਿਆ ਪੰਜਾਬ ਦੇ ਵਿੱਚ ਇਹ ਐਕਟ ਲਾਗੂ ਨਹੀਂ ਹੋਏਗਾ, ਠੀਕ ਹੈ ਜੀ। ਹੋਰ ਵੀ ਕਾਫੀ ਸਟੇਟਸ ਦੇ CM ਨੇ ਅਨਾਊਂਸਮੈਂਟ ਕਰ ਦਿੱਤੀ ਆ ਕਿ ਭਾਰਤ ਦੇਸ਼ ਦੇ ਵਿੱਚ ਕਾਫੀ ਸਟੇਟਾਂ ਦੇ ਵਿੱਚ ਇਹ ਐਕਟ ਲਾਗੂ ਨਹੀਂ ਹੋਏਗਾ, ਪਰ ਜੋ ਇੱਕ ਵਾਰੀ ਐਕਟ ਸੰਸਦ ਦੇ ਵਿੱਚੋਂ ਪਾਸ ਹੋ ਜਾਂਦਾ ਉਹ ਲਾਗੂ ਹੋ ਕੇ ਹੀ ਰਹਿੰਦਾ। ਨਹੀਂ ਨਹੀਂ, ਇੱਦਾਂ ਦੀ ਗੱਲ ਨਹੀਂ ਹੈਗੀ ਕਿ ਜਦੋਂ SC ST ਐਕਟ ਆਇਆ ਸੀਗਾ, ਉਹਨਾਂ ਨੇ ਵੀ ਸੁਪਰੀਮ ਕੋਰਟ ਵਿੱਚ ਜਿਹੜੀ ਪਟੀਸ਼ਨ ਦਾਇਰ ਕੀਤੀ ਸੀ, ਰੀਪਟੀਸ਼ਨ ਪਾਈ ਸੀ, ਉਹ ਵੀ ਸੁਪਰੀਮ ਕੋਰਟ ਨੇ ਉੱਥੇ ਸਟੇਅ ਕਰ ਦਿੱਤਾ ਸੀਗਾ। ਇਹ ਨੀਗਾ ਕਿ ਜਿਹੜਾ ਉਹਨਾਂ ਨੇ ਪਾਸ ਕਰ ਦਿੱਤਾ ਉਹ ਪਾਸ ਹੋ ਕੇ ਰਹੂੰਗਾ, ਨਹੀਂ, ਇਹ ਤਾਂ ਸਟੇਅ ਲੱਗ ਸਕਦੀ ਆ। ਸੁਪਰੀਮ ਕੋਰਟ ਦੁਆਰਾ ਇਸ ਬਾਰੇ ਸੋਚਿਆ ਜਾਣਾ ਚਾਹੀਦਾ ਆ, ਇਸ ਐਕਟ ਨੂੰ ਵਾਪਸ ਲੈਣਾ ਚਾਹੀਦਾ ਹੈ। ਅਬਦੁਲ ਮਨਾਨ ਸਮਾਜ ਸੇਵਾ ਸੇ ਬਿਲੋਂਗ ਕਰਤਾ ਹੂੰ। ਸਵਾਲ ਇਹ ਹੈ ਪੱਤਰਕਾਰ ਸਾਹਿਬ, ਇਹ ਬਾਤ ਨਹੀਂ, ਸਭਸੇ ਬੜੀ ਬਾਤ ਹੈ ਆਜ ਜੋ ਦੇਸ਼ ਕੀ ਹਾਲਾਤ, ਮੋਦੀ ਸਰਕਾਰ ਨੇ ਸਤੇਲਾ ਵਿਵਹਾਰ ਕੀਆ ਹੈ ਇੰਡੀਆ ਕੇ ਅੰਦਰ, ਭਾਰਤ ਕੇ ਅੰਦਰ। ਆਜ ਤੱਕ 70 ਸਾਲ ਹੋ ਗਿਆ, ਕਿਸੇ ਸਰਕਾਰ ਨੇ ਸਤੇਲਾ ਵਿਵਹਾਰ ਨਹੀਂ ਕੀਆ। ਇਹ ਪਹਿਲੀ ਵਾਰ ਮੋਦੀ ਸਰਕਾਰ ਨੇ ਇੰਡੀਆ ਮੇ ਸਤੇਲਾ ਵਿਵਹਾਰ ਕੀਆ ਹੈ, ਜੋ ਹਮ ਲੋਗੋਂ ਕੋ ਲੱਗ ਰਹਾ।
एससी एसटी ओबीसी माइनॉरिटी जितनी भी यहाँ लोग हैं सब आज पूरे देश के अंदर ये जो हंगामा हो रहा है ये केवल मोदी सरकार के सतेला व्यवहार की वजह से हो रहा है। जितना भी सरकार आए सभी सरकार इसी मुद्दा पे बहुत अच्छे काम किए, विकास का काम किए, विकास की बात किए। ये पाकिस्तान इंडिया हिंदू मुसलमान ये सारा काम दलित समाज सभी को परेशान करके रख दिया, घूम चिल्ली करके रोड पर सभी आदमी को उतार दिया। हालात देश की बहुत खराब है। आज हम सब ये संविधान बचाने की वजह से हम लोग सड़क पर उतरे हैं, क्योंकि यहाँ मैटर मुसलमान का नहीं है, यहाँ पूरे भारत की मैटर है। एससी एसटी ओबीसी माइनॉरिटी और क्या कहते हैं दलित समाज के जितने लोग हैं, मुसलमान जितने हैं, सिख जितने हैं, ईसाई जितने हैं, बुद्ध जितने हैं, जैन जितने हैं, ये सभी की मामला है। ये सभी देश बचाने के लिए, संविधान बचाने के लिए सड़क पे उतरे हुए हैं। हम लोग सामूहिक तौर से जो हो इसकी लड़ाई लड़ेंगे ये संविधान के खिलाफ, जब तक एनआरसी वापस नहीं होगा, जब तक एनआरपी वापस नहीं होगा, जब तक सीए डबल वापस नहीं होगा। ये सारे हम लोगों की साजिश है। कहता हिंदू हिंदू को देंगे, शरणार्थी हिंदू कौन, जितने आदिवासी जितने दलित समाज के लोग हैं ये हिंदू थोड़ी है, ये तो एक समाज वर्ग है, ये तो शेड्यूल क्लास के लोग हैं, इसको कहते हैं कि हिंदू है, वो मानते नहीं हिंदू है, मंदिर में जाने नहीं देते हैं, उसको कहते हैं हिंदू है, कोई हिंदू नहीं है। ये अपने आप आरएसएस वाले ये हिंदू बनाते हैं कि ये सब हिंदू है और सतेला व्यवहार मुसलमान के साथ ये करते हैं। इसलिए हम लोग ये प्रोटेक्ट जो इकट्ठा हुए हैं और हम लोग जो यहाँ पर तैयार हो गया है, हम लोग मरते दम तक इस चीज को नहीं छोड़ेंगे जब तक ये वापस नहीं लेगा। ये काला कानून बना काला दिवस मनाने के लिए हम लोग सड़क पर उतरे हैं। ये हिंदू मुस्लिम सिख ईसाई बौद्ध जैन जितने हैं सभी आदमी एक मंच पे होके, अभी तो बड़ी लंबी लड़ाई लड़नी है, बहुत लंबा चलना है, पता छह महीना चले साल चलेगा कोई पता नहीं है, इसलिए हम लोग इस चीज को छोड़ेंगे नहीं। हम लोग का पूरा मिशन है कि जब तक ये सरकार सतेला व्यवहार करना छोड़ेगा नहीं तब तक हम लोग नीचे बैठेंगे नहीं। ये मेरा तुसी देख सकते हो इत्थे स्टेज दे उत्ते सिख भाईचारे वालों भी होर दलित समाज वालों भी होर भी काफी आगू लीडर इत्थे आन के इस प्रोटेस्ट दे विच हिस्सा बने हुए ने। तुसी देख सकते हो इस टाइम वध तो वध संख्या दे विच लोग इत्थे मौजूद ने जो कि एनआरसी सीए एक्ट का काफी विरोध कर रहे हैं। तुसी देख सकते हो हाँ जी सर जिहड़ा अज मंग पत्र दिता उहदे बारे दस्सो। अज जिहड़ा मुस्लिम भाईचारे वल्लों जिहड़ा मंग पत्र दिता गया इन्होंने बड़ी पीसफुली सारा एक जगह पर इकट्ठे होकर सानू मंग पत्र दिता। ये असी मंग पत्र जिहड़ा अगे सरकार नू भेज दांगे लोड़ींदी कार्रवाई लई ते इन्हां दी जिहड़ी आवाज़ आ अगे पहुँचाऊ। इस टाइम साडे नाल मौजूद ने नीम खान एडवोकेट। सर ये सी ए एक्ट दा लैके इन्ना विरोध पूरे भारत देश दे विच हो रहा है फिर भी जे सरकार नहीं मानती तुहाडा की एक्शन होएगा? देखो जी असी ये भारत एक लोकतांत्रिक देश है, ये डेमोक्रेटिक देश दे विच डेमोक्रेटिक जिहदी जिहड़ी हैगी संस्था दे विच सानू हर एक नू अपनी अपनी गल रखन दा अधिकार है। बाबा साहब डॉक्टर भीम राव अंबेडकर जी ने सानू एक संविधान दिता है, उस संविधान दे विच सानू बोलन दी आज़ादी दिती है ते उस संविधान दे राही असी अपनी गल नू रख सकते हाँ ते असी उसी संविधान दा इस्तेमाल करके असी अपनी गल नू रख रहे हैं। क्योंकि डॉक्टर भीम राव अंबेडकर सिंह जी का कहना सीगा कि ये मुल्क जिहड़ा ना सैकुलर मुल्क है, सैकुलर रहेगा ते कोई भी कानून जिहड़ा हैगा धर्म के आधार पर पास नहीं किया जाएगा। ये मोदी गवर्नमेंट ने सीए पास किया, ये पूरा टोटली धर्म के बेस्ते है जिहड़ा कि संविधान की मूल धारणा के अगेंस्ट है। असी मोदी सरकार तो यही मांग करते हैं कि इहनूं वापस लवे ते जिहड़ा एनआरसी अमित शाह ने हाउस के खड़े होकर बोलदिआं कहा है कि एनआरसी पूरे हिंदुस्तान के लागू की जाऊगी। असी वह भी कहते हैं कि जिहड़ी एनआरसी का प्रोसैस है उहनूं बंद किया जाए, एनपीआर का प्रोसैस सारा बंद किया जाए, प्लस एन जिहड़ा सीए दे विच अमेंडमेंट की है इस अमेंडमेंट नूं वापस किया जाए। क्योंकि जिहड़ा भी जिहड़ा संविधान है
ਆਰਟੀਕਲ 14 ਆਰਟੀਕਲ 15 ਆਰਟੀਕਲ 29 ਮਾਈਨੋਰਟੀਜ਼ ਨੂੰ ਪ੍ਰੋਟੈਕਸ਼ਨ ਦੇਣ ਦੀ ਗੱਲ ਕਰਦਾ ਹੈ। ਜਿਹੜਾ ਆਰਟੀਕਲ 14 ਹੈ ਰਾਈਟ ਟੂ ਇਕੁਐਲਿਟੀ ਦੀ ਗੱਲ ਕਰਦਾ ਹੈ। ਆਰਟੀਕਲ 15 ਕਹਿੰਦਾ ਹੈ ਵੀ ਕਿਸੇ ਵੀ ਧਰਮ ਜਾਤੀ ਜਾਂ ਕਿਸੇ ਵੀ ਵਿਅਕਤੀ ਨਾਲ ਧਰਮ ਜਾਤੀ ਉਹਦੇ ਰੰਗ ਰੇਸ ਦੇ ਆਧਾਰ 'ਤੇ ਉਹਦੇ ਨਾਲ ਵਿਤਕਰਾ ਨਹੀਂ ਕੀਤਾ ਜਾਊਗਾ। ਜਿਹੜਾ CAA ਦੇ ਵਿੱਚ ਇਹਨਾਂ ਨੇ ਬੁੱਧਿਸਟ, ਹਿੰਦੂ, ਸਿੱਖ, ਈਸਾਈ, ਪਾਰਸੀ ਅਤੇ ਜਿਹੜੇ ਜੈਨੀ ਹੈ ਇਹਨਾਂ ਨੂੰ ਇਨਕਲੂਡ ਕਰਕੇ ਮੁਸਲਮਾਨਾਂ ਨੂੰ ਐਕਸਕਲੂਡ ਕੀਤਾ ਹੈ। ਇਹ ਟੋਟਲੀ ਧਰਮ ਦੇ ਬੇਸ 'ਤੇ ਐਕਟ ਪਾਸ ਕੀਤਾ ਗਿਆ ਹੈ ਜੋ ਟੋਟਲੀ ਸੰਵਿਧਾਨ ਨੂੰ ਵਾਇਲੇਟ ਕਰਦਾ ਹੈ। ਅਸੀਂ ਇਸ ਐਕਟ ਨੂੰ ਵਾਪਸ ਲੈਣ ਦੀ ਮੰਗ ਕਰਦੇ ਹਾਂ ਪੁਰਜ਼ੋਰ ਤਰੀਕੇ ਨਾਲ। ਅਤੇ ਮੈਂ ਇਹ ਮੋਦੀ ਨੂੰ ਅਤੇ ਅਮਿਤ ਸ਼ਾਹ ਜੀ ਨੂੰ ਇਹ ਦੱਸਣਾ ਚਾਹੁੰਦਾ ਕਿ ਜਦੋਂ ਤੱਕ ਇਹ ਐਕਟ ਵਾਪਸ ਨਹੀਂ ਹੋਏਗਾ ਅਸੀਂ ਇਸੇ ਤਰੀਕੇ ਨਾਲ ਕੰਟੀਨਿਊ ਮੁਜ਼ਾਹਰੇ ਕਰਦੇ ਰਹਾਂਗੇ। ਅਤੇ ਸਾਡੇ ਆਉਣ ਵਾਲੇ ਟਾਈਮ 'ਚ ਜਿੱਦਾਂ ਅਸੀਂ ਅੱਜ ਬਲੈਕ ਡੇ ਮਨਾ ਰਹੇ ਹਾਂ, ਪੰਜਾਬ ਦੇ ਸ਼ਾਹੀ ਇਮਾਮ ਹਬੀਬੁਰ ਰਹਿਮਾਨ ਸਾਹਿਬ ਨੇ ਕਿਹਾ ਸੀਗਾ ਕਿ 3 ਤਰੀਕ ਨੂੰ ਅਸੀਂ ਬਲੈਕ ਡੇ ਦੇ ਰੂਪ ਦੇ ਵਿੱਚ ਮਨਾਵਾਂਗੇ, ਕਿਉਂਕਿ ਜਿਹੜੇ ਬੱਚੇ ਉੱਤਰ ਪ੍ਰਦੇਸ਼ ਪੁਲਿਸ ਨੇ ਮਾਰ ਕੇ ਸ਼ਹੀਦ ਕਰ ਦਿੱਤੇ, ਅਸੀਂ ਉਹਨਾਂ ਨੂੰ ਯਾਦ ਕਰਨਾ, ਅਸੀਂ ਉਹਨਾਂ ਦੀ ਯਾਦ ਮਨਾ ਰਹੇ ਹਾਂ ਅੱਜ। ਆਉਣ ਵਾਲੇ ਟਾਈਮ 'ਚ ਲੋੜ ਪਈ ਤਾਂ ਅੱਜ ਅਸੀਂ ਪੀਸਫੁਲੀ ਅੰਦਰ ਬੈਠ ਕੇ ਇੱਕ ਡੈਮੋਕ੍ਰੈਟਿਕ ਤਰੀਕੇ ਨਾਲ, ਸੰਵਿਧਾਨਿਕ ਤਰੀਕੇ ਨਾਲ ਅਸੀਂ ਮਨਾ ਰਹੇ ਹਾਂ ਬਲੈਕ ਡੇ। ਜੇ ਸਾਨੂੰ ਲੋੜ ਪਈ ਤਾਂ ਅਸੀਂ ਸੜਕਾਂ 'ਤੇ ਵੀ ਨਿਕਲਾਂਗੇ, ਪਰ ਇਸ ਐਕਟ ਨੂੰ ਵਾਪਸ ਕਰਾ ਕੇ ਛੱਡਾਂਗੇ ਇਨਸ਼ਾਅੱਲਾ ਤਾਲਾ। ਜੇ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਤਾਂ ਫਿਰ ਵੀ ਪ੍ਰੋਟੈਸਟ ਹੋ ਰਹੇ ਪੀਸਫੁਲੀ ਤਰੀਕੇ ਨਾਲ ਹੋ ਰਹੇ ਆ। ਯੂਪੀ ਵੱਲ ਤਾਂ ਬਹੁਤ ਹੀ ਜ਼ਿਆਦਾ ਪੁਲਿਸ ਵਾਲੇ ਗੱਡੀਆਂ ਤੋੜਦੇ ਦਿਖੇ ਆ, ਉਹਦੇ ਬਾਅਦ ਵੀ ਫਿਰ ਵੀ ਉੱਥੇ ਗੋਲੀ ਚੱਲੀ ਆ, 18 ਤੋਂ 20 ਲੋਕਾਂ ਦੇ ਮਰਨ ਦੀ ਵੀ ਨਿਊਜ਼ ਆਈ ਆ, ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਦੇਖੋ ਇਹ ਜਿਹੜਾ ਯੋਗੀ ਹੈ, ਯੋਗੀ ਆਦਿੱਤਿਆ ਨਾਥ, ਇਹ ਇੱਕ ਆਰ ਐੱਸ ਐੱਸ ਦਾ ਕਰਿੰਦਾ ਆ। ਅਤੇ ਅਸੀਂ ਇਸ ਮੁਲਕ ਦੇ ਵਿੱਚ ਨਾਥੂ ਰਾਮ ਗੋਡਸੇ ਦਾ ਏਜੰਡਾ ਲਾਗੂ ਨਹੀਂ ਹੋਣ ਦੇਵਾਂਗੇ, ਸਾਵਰਕਰ ਦੀ ਨੀਤੀ ਨੂੰ ਐਕਸੈਪਟ ਨਹੀਂ ਕਰਾਂਗੇ। ਅਸੀਂ ਮਹਾਤਮਾ ਗਾਂਧੀ ਨੂੰ ਮੰਨਣ ਵਾਲੇ ਲੋਕ ਹਾਂ, ਅਸੀਂ ਮੌਲਾਨਾ ਅਬੁਲ ਕਲਾਮ ਆਜ਼ਾਦ ਜੀ ਨੂੰ ਮੰਨਣ ਵਾਲੇ ਲੋਕ ਹਾਂ, ਅਸੀਂ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੂੰ ਮੰਨਣ ਵਾਲੇ ਲੋਕ ਹਾਂ, ਅਸੀਂ ਅਹਿੰਸਾਵਾਦੀ ਲੋਕ ਹਾਂ। ਜਿਹੜਾ ਹਿੰਸਾ ਦਾ ਇੱਕ ਤਾਂਡਵ ਇਹ ਖੇਲ ਰਿਹਾ, ਜਿਹੜਾ ਯੋਗੀ ਆਦਿੱਤਿਆ ਨਾਥ ਆਪਣੀ ਪੁਲਿਸ ਨੂੰ ਐਜ਼ ਏ ਗੁੰਡਾ ਯੂਜ਼ ਕਰਕੇ ਮੁਸਲਮਾਨਾਂ 'ਤੇ ਅਟੈਕ ਕਰਾ ਰਿਹਾ, ਮੁਸਲਮਾਨਾਂ ਦੇ ਬੱਚਿਆਂ ਨੂੰ ਸ਼ਹੀਦ ਕਰਾ ਰਿਹਾ, ਉਹਨਾਂ ਦੇ ਘਰਾਂ ਦੇ ਵਿੱਚ ਲੁੱਟ ਖਸੁੱਟ ਮਚਾਈ ਹੋਈ ਹੈ ਉਸਨੇ, ਅਸੀਂ ਉਹਦੀ ਬਿਲਕੁਲ ਵੀ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਪੁਰਜ਼ੋਰ ਤਰੀਕੇ ਨਾਲ ਆਪਣੀ ਆਵਾਜ਼ ਨੂੰ ਚੱਕਾਂਗੇ, ਅਸੀਂ ਉਹਦਾ ਵਿਰੋਧ ਕਰਾਂਗੇ, ਚਾਹੇ ਅੰਦਰ ਬੈਠ ਕੇ ਸਹੀ, ਚਾਹੇ ਆਉਣ ਵਾਲੇ ਟਾਈਮ 'ਚ ਲੋੜ ਪਈ ਤਾਂ ਸੜਕਾਂ 'ਤੇ ਨਿਕਲ ਕੇ ਵੀ ਉਹਦਾ ਵਿਰੋਧ ਕਰਾਂਗੇ। ਇਹ ਇੱਕ ਸਾਜਿਸ਼ ਹੈ ਯੋਗੀ ਆਦਿੱਤਿਆਨਾਥ ਦੀ ਕਿ ਜਿਹੜੇ ਸਾਡਾ ਜਿਹੜਾ ਇੱਕ ਮੁਹਿੰਮ ਚੱਲੀ ਹੋਈ ਆ CAA ਦੇ ਖਿਲਾਫ, ਸਰਕਾਰ ਡਰ ਗਈ ਆ ਬੁਰੀ ਤਰੀਕੇ ਨਾਲ, ਨਰਿੰਦਰ ਮੋਦੀ ਅਮਿਤ ਸ਼ਾਹ ਬੁਰੀ ਤਰੀਕੇ ਨਾਲ ਡਰ ਗਏ ਆ, ਉਹਨੂੰ ਇੱਕ ਇਸ ਸਾਡੇ ਜਿਹੜਾ ਪੀਸਫੁਲੀ ਮਾਰਚ ਅਸੀਂ ਜਾਂ ਪੀਸਫੁਲੀ ਸੰਘਰਸ਼ ਕਰਦੇ ਜਾਂ ਪ੍ਰੋਟੈਸਟ ਕਰਦੇ ਹਾਂ, ਉਹਨੂੰ ਛੜਿਅੰਤਰ ਤਰੀਕੇ ਨਾਲ ਹਿੰਸਾ 'ਚ ਬਦਲ ਕੇ ਸਾਨੂੰ ਬਦਨਾਮ ਕਰਨ ਦੀ ਇੱਕ ਸਾਜਿਸ਼ ਚੱਲ ਰਹੀ ਆ, ਔਰ ਅਸੀਂ ਉਸ ਸਾਜਿਸ਼ ਨੂੰ ਕਾਮਯਾਬ ਨਹੀਂ ਹੋ ਦਾਂਗੇ। ਮੈਂ ਸਾਰੇ ਮੁਸਲਿਮ ਭਾਈਚਾਰੇ ਨੂੰ, ਜਿਹੜੇ ਲੋਕ ਦੂਜੇ ਧਰਮਾਂ ਦੇ ਵੀ ਸਾਡੇ ਨਾਲ ਆਉਂਦੇ ਉਹਨਾਂ ਨੂੰ ਵੀ ਅਪੀਲ ਕਰੂੰਗਾ, ਅਸੀਂ ਪੀਸਫੁਲੀ ਸਾਰੇ ਪ੍ਰੋਟੈਸਟ ਕਰਨੇ ਆ ਇਨਸ਼ਾਅੱਲਾ ਤਾਲਾ, ਅਤੇ ਆਪਣੀ ਆਵਾਜ਼ ਨੂੰ ਇਸ ਗੂੰਗੀ ਪੈਰੀ ਸਰਕਾਰ ਤੱਕ ਪਹੁੰਚਾਵਾਂਗੇ ਇਨਸ਼ਾਅੱਲਾ ਤਾਲਾ। ਇਸ ਟਾਈਮ ਸਾਡੇ ਨਾਲ ਮੌਜੂਦ ਨੇ ਸਿੱਖ ਤਾਲਮੇਲ ਕਮੇਟੀ ਤੋਂ। ਸਰ ਕੀ ਕਹਿਣਾ ਹੈ ਇਸ ਐਕਟ ਨੂੰ ਲੈ ਕੇ, CAA ਐਕਟ ਜਿਹੜਾ ਲਾਗੂ ਹੋ ਰਿਹਾ? ਇਹ ਜੋ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇੱਕ ਐਕਟ ਜੋ ਇਹ ਲਿਆਂਦਾ ਹੈ, ਇਹ ਨਾ ਆਉਣ ਵਾਲੇ ਟਾਈਮ ਦੇ ਵਿੱਚ ਮੁਸਲਮਾਨਾਂ ਦੇ ਹੱਕ ਦਾ ਖਿਲਾਫ ਤਾਂ ਹੈਗਾ ਹੀ ਹੈਗਾ, ਆਉਣ ਵਾਲੇ ਟਾਈਮ 'ਤੇ ਹੋਰ ਵੀ ਹੈਗਾ। ਇਹ ਸੰਵਿਧਾਨ ਬਣਾਇਆ ਸੀ ਡਾਕਟਰ ਭੀਮ ਰਾਓ ਅੰਬੇਦਕਰ ਨੇ, ਇੱਕ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਉਹ RS ਦੇ ਹੱਥੇ ਚੜ੍ਹ ਕੇ ਨਰਿੰਦਰ ਮੋਦੀ ਦੇਸ਼ ਦਾ ਪ੍ਰਧਾਨ ਮੰਤਰੀ ਜੋ ਉਹ ਕੰਮ ਕਰ ਰਿਹਾ ਹੈ, ਜੋ ਕਿ ਇਸ ਤਰ੍ਹਾਂ ਹੋਣਾ ਚਾਹੀਦਾ ਸੀ ਕਿ ਇਹ ਦੇਸ਼ ਦੇ ਹੱਕ 'ਚ ਕੰਮ ਕਰੇ, ਨਾ ਕਿ ਉਹਦੇ ਖਿਲਾਫ ਕੰਮ ਕਰੇ। ਜਿਵੇਂ ਪ੍ਰਧਾਨ ਮੰਤਰੀ ਜੀ ਵੱਲੋਂ ਪਹਿਲੇ ਕਿਹਾ ਗਿਆ ਸੀ ਇੱਕ ਆਧਾਰ ਕਾਰਡ ਬਣਾਇਆ ਗਿਆ ਸੀ, ਜਿਹਦੇ ਵਿੱਚ ਇੱਕ ਉਹਨਾਂ ਨੇ ਸਲੋਗਨ ਦਿੱਤਾ ਸੀ ਮੇਰੀ ਪਹਿਚਾਨ ਮੇਰਾ ਆਧਾਰ, ਠੀਕ ਹੈ ਜੀ। ਆਧਾਰ ਕਾਰਡ ਦੇ ਉੱਤੇ ਵੀ ਹੁਣ ਉਹਨਾਂ ਨੇ ਕਿਹਾ ਕਿ ਆਧਾਰ ਕਾਰਡ ਦੀ ਵੈਲਿਊ ਨਹੀਂ ਰਹੇਗੀ। ਉਹਦੇ ਬਾਅਦ ਇੱਕ ਆਪਣਾ ਪਾਸਪੋਰਟ ਆ, ਪਾਸਪੋਰਟ ਦੇ ਉੱਤੇ ਭਾਰਤੀ ਦੇ ਤੌਰ 'ਤੇ ਆਪਣੀ ਉਹ ਵੀ ਆਈਡੈਂਟੀ ਆ, ਆਪਾਂ ਦੇਸ਼ਾਂ ਵਿਦੇਸ਼ਾਂ 'ਚ ਘੁੰਮ ਕੇ ਜਾਂਦੇ ਆ, ਕਿ ਉਹਦੇ ਉੱਤੇ ਵੀ ਇਹ ਕੁਐਸਚਨ ਚਿੰਨ ਲਗਾਉਣਗੇ? ਇਹ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਪਾਸਪੋਰਟ ਹੈ ਉਹਦੇ 'ਚ ਆਪਣਾ ਕਮਲ ਦਾ ਫੁੱਲ ਲੈ ਕੇ ਆ ਰਹੇ ਨੇ, ਜੋ ਤੁਹਾਡੇ ਮੀਡੀਆ ਰਾਹੀਂ ਸਾਨੂੰ ਪਤਾ ਲੱਗ ਰਿਹਾ ਕਿ ਆਉਣ ਵਾਲੇ ਟਾਈਮ 'ਚ ਆਪਾਂ ਜਿਹੜਾ ਮੀਡੀਆ ਹੈ ਜਿਹੜਾ ਪੰਜਾਬ ਦੇ ਵਿੱਚ ਕਈ ਬਹੁਤ ਜਗ੍ਹਾ ਵਧੀਆ ਕੰਮ ਕਰ ਰਿਹਾ, ਆਪਾਂ ਇੱਕ ਮਿੰਟ ਤੋਂ ਪਹਿਲਾਂ ਇਮਰਾਨ ਖਾਨ ਦੀ ਗੱਲ ਨੂੰ ਚੱਕ ਕਿੱਦਾਂ ਲੈਂਦੇ ਹਾਂ, ਜਿਵੇਂ ਬਾਥਰੂਮ ਕਰਨ ਜਾਇਆ ਉਹਦੀ ਵੀ ਗੱਲ ਮੀਡੀਆ ਇੱਦਾਂ ਫੈਲਾਉਂਦਾ ਹੈ। ਮੈਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਜਾਂ ਤਾਂ ਮੁਸਲਮਾਨ ਭਾਈਚਾਰੇ ਨੂੰ ਇਹਦੇ ਵਿੱਚ ਲਿਆਂਦਾ ਜਾਵੇ ਜਾਂ ਐਕਟ ਵਾਪਸ ਲਿੱਤਾ ਜਾਵੇ। ਅਸੀਂ ਸਿੱਖ ਤਾਲਮੇਲ ਕਮੇਟੀ ਜੋ ਵੀ ਜ਼ੁਲਮ ਦੇ ਖਿਲਾਫ ਹੋਏਗੀ ਅਸੀਂ ਉਹਦੇ ਹੱਕ 'ਚ ਖੜੇ ਹੋਵਾਂਗੇ ਜੀ। ਜਿਵੇਂ ਕਿ ਪਿਛਲੇ ਥੋੜ੍ਹੇ ਦਿਨ ਪਹਿਲੇ ਹੀ ਇਹ UP ਦੇ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਸੀਗਾ, ਉਹ ਸਿੱਖ ਭਾਈਚਾਰੇ ਦੇ 55 ਜਣਿਆਂ 'ਤੇ ਵੀ ਪਰਚਾ ਦਰਜ ਕੀਤਾ ਗਿਆ, ਉਹਨਾਂ ਦੀ ਜਿਹੜੀ ਪਾਲਕੀ ਸਾਹਿਬ ਸੀ ਉਹ ਵੀ ਜ਼ਬਤ ਕੀਤੀ ਗਈ, ਉਹਦੇ ਬਾਰੇ ਕੀ? ਇਹ ਬਹੁਤ ਹੀ ਨਿੰਦਣਯੋਗ ਗੱਲ ਹੈ। ਇਹ ਆਉਣ ਵਾਲੇ ਟਾਈਮ ਦੇ ਵਿੱਚ ਉਹੀ ਤੁਹਾਨੂੰ ਮੈਂ ਪਹਿਲਾਂ ਹੀ ਬੇਨਤੀ ਕਰ ਰਿਹਾ ਕਿ ਸਿੱਖਾਂ ਦੇ ਉੱਤੇ ਵੀ ਹਮਲੇ ਹੋ ਰਹੇ ਹਨ, ਜਿਵੇਂ ਕਿ ਮੰਗੂ ਮੱਠ ਗੁਰਦੁਆਰਾ ਸਾਹਿਬ ਢਾਇਆ ਗਿਆ, ਬਰੇਲੀ ਦੇ ਵਿੱਚ ਗੁਰਦੁਆਰਾ ਸਾਹਿਬ ਢਾਇਆ ਗਿਆ, ਜਿਵੇਂ 55 ਸਿੱਖਾਂ ਦੇ ਉੱਤੇ ਇਹਨਾਂ ਨੇ ਉਹਨਾਂ ਨੂੰ ਅੰਦਰ ਕਰਕੇ ਪਰਚਾ ਦਰਜ ਕਰ ਦਿੱਤਾ, ਨਗਰ ਕੀਰਤਨ ਕੱਢਣਾ, ਜਲੋਸ
ਉਹ ਕਿ ਧਰਮ ਦੇ ਖਿਲਾਫ ਨਾ ਜਾਣ, ਇਨਸਾਨੀਅਤ ਦੀ ਗੱਲ ਕਰਨ, ਹੱਕ ਸੱਚ ਦੇ ਪਹਿਰਾ ਦੇਣ, ਅਤੇ ਜੋ ਕਿ ਦੇਸ਼ ਤਰੱਕੀ ਕਰੇ, ਨਾ ਕਿ ਡਾਊਨਫੋਲ ਆ ਨਾ ਜਾਵੇ। ਜੋ ਅੱਜ ਡੋਲਰਸ ਪੌਂਡ ਜੋ ਵਧਦਾ ਜਾ ਰਿਹਾ ਅਤੇ ਆਪਣਾ ਰੁਪਈਆ ਜੀ ਡੀ ਪੀ ਘੱਟਦੀ ਜਾ ਰਹੀ ਹੈ, ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਤੇ ਰਾਸ਼ਟਰਪਤੀ ਨੂੰ ਕਿ ਇਸ ਗਰੋਥ ਨੂੰ ਵਧਾਇਆ ਜਾਵੇ ਅਤੇ ਜੋ ਆਉਣ ਵਾਲੇ ਟਾਈਮ ਦੇ ਵਿੱਚ ਆਪਣਾ ਦੇਸ਼ ਤਰੱਕੀ ਕਰੇ ਜੀ। ਜੇ ਇਸ ਐਕਟ ਨੂੰ ਕੈਂਸਲ ਨਹੀਂ ਕਰਦੇ ਜਾਂ ਕੋਈ ਰੋਕਥਾਮ ਨਹੀਂ ਲਾਉਂਦੇ, ਅਗਲੀ ਕੀ ਰਣਨੀਤੀ ਹੋਵੇਗੀ? ਜੋ ਵੀ ਸਮਾਜ, ਜੋ ਵੀ ਭਾਈਚਾਰਾ, ਜੋ ਵੀ ਅਗਲਾ ਕਦਮ ਚੱਕੇਗੀ, ਅਸੀਂ ਉਸ ਦੇ ਨਾਲ ਡੱਟ ਕੇ ਖੜ੍ਹੇ ਹੋਵਾਂਗੇ। ਜਿਵੇਂ ਅਕਾਲੀ ਦਲ ਨੇ ਉਹਨਾਂ ਦੇ ਹੱਕ ਦੇ ਵਿੱਚ ਵੋਟ ਪਾਈ ਹੈ ਉੱਥੇ, ਅਤੇ ਇੱਥੇ ਪੰਜਾਬ ਦੇ ਵਿੱਚ ਆ ਕੇ ਇਹਨਾਂ ਮੁਸਲਮਾਨ ਭਾਈਚਾਰਾ ਦੇ ਹੱਕ 'ਚ ਬਹਿਣ ਨੂੰ ਤਿਆਰ ਨੇ। ਕਿਉਂ ਸੁਖਬੀਰ ਬਾਦਲ ਉੱਥੇ ਪ੍ਰੈਸ ਕਾਨਫਰੰਸ ਕਰ ਰਿਹਾ ਕਿ ਅਸੀਂ ਐਕਟ ਨੂੰ ਜਿੱਦਾਂ ਸਾਡੀ ਸਰਕਾਰ ਆਏਗੀ ਅਸੀਂ ਇੱਕ ਮਿੰਟ ਤੋਂ ਪਹਿਲਾਂ ਲਾਗੂ ਕਰਾਂਗੇ। ਯਾਨੀ ਕਿ ਕਹਿਣ ਦਾ ਭਾਵ ਹੈ ਕਿ ਉਹ ਵੀ ਮੋਦੀ ਦੀ ਗੋਦੀ 'ਚ ਬੈਠ ਚੁੱਕੇ ਨੇ ਅਕਾਲੀ ਦਲ। ਮੈਂ ਇਹੀ ਗੁਜ਼ਾਰਿਸ਼ ਕਰਦਾ ਕਿ ਆਪਾਂ ਹੱਕ ਅਤੇ ਸੱਚ ਦਾ ਪਹਿਰਾ ਦੇਈਏ, ਨਾ ਕਿ ਕਿਸੇ ਰੋਟੀਆਂ ਸੇਕੀਆਂ ਸਿਆਸੀ। ਜਿਵੇਂ ਕਿ ਸਿੱਖ ਤਾਲਮੇਲ ਕਮੇਟੀ ਹੱਲੇ ਹੋ ਅਤੇ ਹੋਰ ਵੀ ਕਈ ਧਰਮ ਅਤੇ ਜਾਤੀ ਦੇ ਜਥੇਬੰਦੀਆਂ ਵੱਲੋਂ ਇਸ ਟਾਈਮ ਸੀ ਏ ਐਕਟ ਅਤੇ ਐੱਨ ਆਰ ਸੀ ਐਕਟ ਦਾ ਵਿਰੋਧ ਕੀਤਾ ਜਾ ਰਿਹਾ। ਉਹਨਾਂ ਦਾ ਕਹਿਣਾ ਕਿ ਜਦ ਤਾਈਂ ਸਰਕਾਰ ਇਸ ਐਕਟ ਨੂੰ ਵਾਪਸ ਨਹੀਂ ਲੈਂਦੀ ਅਤੇ ਜਾਂ ਕੈਂਸਲ ਨਹੀਂ ਕਰਦੀ, ਉਹਦੇ ਬਾਅਦ ਇਹ ਜੋ ਇਹਨਾਂ ਦੀ ਕਾਰਵਾਈ ਆ, ਜੋ ਇਹ ਪ੍ਰਦਰਸ਼ਨ ਹੈ, ਇੱਦਾਂ ਹੀ ਚੱਲਦੇ ਰਹਿਣਗੇ। ਜਲੰਧਰ ਤੋਂ ਕੈਮਰਾਮੈਨ ਸੋਮੇ ਹੰਸ ਦੇ ਨਾਲ ਰਵੀ ਗਿੱਲ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ ਯੂਟਿਊਬ ਚੈਨਲ ਲਾਈਕ ਤੇ ਸਬਸਕ੍ਰਾਈਬ ਕਰੋ ਸਾਂਝ ਟੀਵੀ, ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।